ਹੈ ਸੱਜਣੋ, ਦੋ ਦੰਦ ਕੈਟਾਗਰੀ ਚ ਮੋਹਰਾ ਨਸਲ ਦੀ ਨਾ ਆ ਕੱਟੀ ਨੇ ਨੰਬਰ ਚੱਕਿਆ। ਇੱਕ ਵਾਰੀ ਸਿੰਘ ਦੀ ਕੁਆਲਿਟੀ ਮੂੰਹ ਮੱਥੇ ਦੀ ਜਮਾ ਆਪਾਂ ਕਹਿੰਦੇ ਜਿਵੇਂ ਮਾਸੂਮ ਜੀ ਲੱਗਦੀ ਆ ਤੇ ਚੀਜ਼ ਚ ਕੁਆਲਿਟੀ ਵੀ ਬਾਹਲੀ। ਅੱਜ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਦੋ ਦੰਦ ਕੈਟਾਗਰੀ ਮੋਹਰਾ ਨਸਲ ਵਾਲੇ ਆਪਾਂ ਦੋ ਨੰਬਰ ਗਰਾਊਂਡ ਚ ਪਹੁੰਚਿਆ ਸੱਜਣੋ, ਤੇ ਜਿਹੜੀ ਝੂਟੀ ਫਸਟ ਆਈ ਆ, ਸੈਕਿੰਡ ਆਈ ਆ ਤੇ ਥਰਡ ਆਈ ਆ, ਸਾਰੇ ਸੱਜਣਾ ਨਾਮ ਲਿਆਉਂਦੇ ਹਾਂ। ਆਜੋ ਪਹਿਲਾਂ ਇੱਕ ਨੰਬਰ ਆਈ ਦਿਖਾਉਂਦੇ ਹਾਂ ਜਿਹੜੀ ਫਸਟ ਆਈ ਹੈ। ਲੈ ਸੱਜਣੋ, ਆਹ ਝੋਟੀ ਆਈ ਆ ਦੋ ਦੰਦ ਚ ਪਹਿਲੇ ਨੰਬਰ ਤੇ, ਹਰਿਆਣੇ ਦੀ ਕੱਟੀ ਆ, ਪਿੱਠ ਪੋੜਾ ਰੰਗ ਰੁੰਗ ਨਾ ਗੱਲਬਾਤ ਆ ਝੋਟੀ ਦੀ। ਬਾਕੀ ਨਾ ਸੱਜਣ ਨਾਲ ਅੱਗੇ ਜਾ ਕੇ ਗੱਲਬਾਤ ਤੁਹਾਡੀ ਮੈਂ ਕਰਾ ਦਾਣਾ। ਆ ਜਾ ਇੱਧਰ ਨੂੰ ਲਿਆ, ਇੱਕ ਵਾਰੀ ਅੱਗੇ ਤੋਂ ਦਿਖਾ ਦੇ। ਹਾਲੇ ਨਾ ਥੋੜੀ ਜਿਹੀ ਭੀੜ ਹੋ ਰਹੀ ਆ ਸੱਜਣ ਕੋਲੇ। ਤੁਹਾਨੂੰ ਪਤਾ ਜਿਹੜਾ ਜਾਨਵਰ ਫਸਟ ਆਉਂਦਾ ਨਾ ਥੋੜਾ ਜਿਹਾ ਹੋ ਜਾਂਦਾ, ਸਾਡੇ ਸੱਜਣ ਕਰ ਲੈਂਦੇ ਨੇ ਭੀੜ, ਇੰਟਰਵਿਊ ਕਰਦੇ ਨੇ। ਲੈ ਬਾਈ ਬਾਈ ਨਾ ਮਿਲਾਉਂਦੇ, ਆ ਜਾ ਲੈ ਕੇ ਚੱਲਦੇ ਹਾਂ ਬਾਈ, ਲਵੇ ਕਰਾਉਂਦੇ ਹਾਂ ਗੱਲਬਾਤ। ਚਲਾ ਦੇ ਆਲੇ ਦੁਆਲੇ ਦਿਖਾ ਦੇ, ਉੱਧਰ ਦੀ ਘੁਮਾ ਦੇ, ਸਮਾਰ ਕੇ ਅੱਗੇ ਤੋਂ ਵੀ ਦਿਖਾ ਦੇ। ਲੈ ਸੱਜਣੋ, ਦੋ ਦੰਦ ਕੈਟਾਗਰੀ ਚ ਮੋਹਰਾ ਨਸਲ ਦੀ ਨਾ ਆ ਕੱਟੀ ਨੇ ਨੰਬਰ ਚੱਕਿਆ। ਇੱਕ ਵਾਰੀ ਸਿੰਘ ਦੀ ਕੁਆਲਿਟੀ ਮੂੰਹ ਮੱਥੇ ਦੀ ਜਮਾ ਆਪਾਂ ਕਹਿੰਦੇ ਜਿਵੇਂ ਮਾਸੂਮ ਜੀ ਲੱਗਦੀ ਆ ਤੇ ਚੀਜ਼ ਚ ਕੁਆਲਿਟੀ ਵੀ ਬਾਹਲੀ। ਅੱਜ ਬਾਈ ਨਾਲ ਗੱਲਬਾਤ ਕਰਾਉਂਦੇ। ਹੋਰ ਬਾਈ ਜੀ ਕਿਵੇਂ? ਆਪਣਾ ਨਾਮ ਬਤਾ। ਸ਼ਿਵ ਕੁਮਾਰ ਬਾਈ ਸਾਹਿਬ। ਕੌਣ ਸਾ ਕੰਮ? ਗਾਓ ਬਾਲਕ ਜ਼ਿਲ੍ਹਾ ਸਾਹਿਬ। ਕਿੰਨਾ ਕੁ ਮਨ ਖੁਸ਼ ਆ ਫਿਰ? ਦਿਲ ਖੁਸ਼ ਹੈ ਬਾਈ, ਪੱਖੋ ਪੱਖੋ। ਪਹਿਲਾਂ ਤਾਂ ਐਂ ਦੱਸ ਵੀ ਮੇਲਾ ਜਿਹੜਾ ਸਾਡਾ ਜਮਾ ਨਿਰਪੱਖ ਹੋਇਆ, ਕੋਈ ਪੱਖ ਪਾਤ ਨਹੀਂ। ਮੇਰਾ ਫਸਟ ਆ ਗਿਆ, ਮੈਂ ਨਹੀਂ ਬੋਲੂੰਗਾ। ਜੋ ਪੰਜਵੇਂ ਛੇਵੇਂ ਨੰਬਰ ਪਰ ਵੀ ਜੋ ਬਾਈ ਆਈ ਹੈ ਉਹ ਵੀ ਬਈ ਬਰੇ ਨਿਸ਼ਪਕਸ਼ ਹੋਇਆ। ਹਾਂ, ਨਿਸ਼ਪਕਸ਼ ਹੋਇਆ ਵੀ ਫਸਟ। ਪਹਿਲਾ ਪ੍ਰਾਈਜ਼ ਕਿਤਨਾ? ਨਹੀਂ, ਆਪਣੀ ਪ੍ਰਾਈਜ਼ ਤਾਂ ਹਲੇ ਸੱਜਣਾ ਨਹੀਂ ਪ੍ਰਾਈਜ਼ ਤਾਂ ਕੁਝ ਨਹੀਂ ਹੈ। ਇੱਕ ਨਾ ਸੱਜਣੋ, ਬਾਈ ਦਾ ਨਾ ਜੇ ਮੈਂ ਆਖਾਂ, ਰਾਜਸਥਾਨ ਤੋਂ ਸਪੈਸ਼ਲ ਬੰਦਾ ਆਇਆ ਬਾਈ ਦਾ, ਜਿਹੜਾ ਸਨਮਾਨ ਕਰਕੇ ਗਿਆ ਨਾ ਪੱਗ ਨਾਲ, ਉਹ ਬਾਈ ਕਹਿੰਦਾ ਨਾ ਭੁੱਲਣ ਵਾਲੀ ਚੀਜ਼ ਆ ਬਾਈ, ਹਮੇਸ਼ਾ ਯਾਦ ਰੱਖਣ ਵਾਲੀ ਚੀਜ਼ ਆ ਬੰਦਾ ਸਨਮਾਨ ਕਰਕੇ। ਇਹਦਾ ਬਾਪ ਕਿਹੜਾ? ਇਹਦਾ ਬਾਪ ਇਸਕਾ ਸ਼ਾਮ ਬਲਕਿਆ, ਮੇਰਾ ਖੁਦ ਕਾ ਬੁੱਲ ਹੈ। ਅੱਛਾ, ਆਪਣੀ ਬੁੱਲਾ ਘਰ ਦਾ ਬੁੱਲ ਹੈ? ਘਰ ਦਾ ਬੁੱਲ ਹੈ ਬਾਈ। ਅੱਛਾ, ਮੇਰਾ ਖਿਆਲ ਹੈ ਜੀਤੂ ਬਾਈ ਵਾਲੇ ਚੈਨਲ ਤੇ ਆਪਾਂ ਰਿਕਾਰਡਿੰਗਾਂ ਕਰਵਾਈਆਂ। ਲੈ ਬਾਕੀ ਜਦੋਂ ਤੁਰੂਗੀ ਨਾ ਸੱਜਣੋ, ਬੋਡੀ ਦੀ ਰੰਗ ਰੂਪ ਗੱਲਬਾਤ ਹੈ, ਕਿਉਂਕਿ ਲੇਵੇ ਦੇ ਜਿਵੇਂ ਅੰਕਲ ਹੋਰਾਂ ਦੱਸਣ ਮੁਤਾਬਕ ਨਾ ਕਹਿੰਦਾ 50% ਨੰਬਰ ਇਹਦੇ ਲੇਵੇ ਦੀ ਲੱਗੇ ਨੇ। ਬਾਕੀ ਚੀਜ਼ ਹੈਗੀ ਆ, ਬਾਕੀ ਤੁਰਦੀ ਆ ਨਾ ਜਦੋਂ ਗੱਲਬਾਤ ਆ ਚੀਜ਼ ਦੀ। ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ, ਲੈ ਕੇ ਚੱਲਦੇ ਹਾਂ। ਲੈ ਸੱਜਣਾ, ਇੱਥੇ ਰੋਕ ਲਾ, ਉਹਨਾਂ ਨੂੰ ਮੂੰਹ ਕਰਾ ਲੈ ਹੁਣ। ਆਪਣੇ ਕੋਲ ਜਿਹੜਾ ਬੁੱਲਾ ਸ਼ਾਮ ਸ਼ਾਮ ਬਾਲਕਿਆ ਉਹਦੀ ਕਟੜੀ ਆ, ਕਿੰਨੀਆਂ ਕਟੜੀਆਂ ਆ ਗਈਆਂ ਉਹਦੀਆਂ ਆਪਣੇ ਕੋਲ? ਤਿੰਨ ਚੈਂਪੀਅਨ ਲੀਅਰ, 4 ਕੀ ਲਾਈਵ ਕਰਵਾ ਚੁੱਕਾ, ਹੋਰ ਡੀਐਫਏ ਲਈ 3 ਲਾਈਵ ਹੋਰ ਕਰਵਾ ਦੂੰਗਾ ਬਾਈ। ਉਹ ਅੱਛਾ, 3 ਲਾਈਵ ਹੋਰ ਕਰਵਾ ਦੂੰਗਾ ਬਾਈ। ਫਿਰ ਉਹਦਾ ਸੀਮਨ ਬੁੱਲ ਦਾ ਸੀਮਨ ਅਵੇਲੇਬਲ ਆ ਆਪਣੇ ਮੇਲੇ ਕੇ ਅੰਦਰ ਹੀ ਅਵੇਲੇਬਲ ਹੈ। ਕਿਸੇ ਬਾਈ ਕੋ ਚਾਹੀਏ ਤਾਂ ਮੇਰਾ ਫੋਨ ਨੰਬਰ ਹੈ 94-671। ਹਾਂਜੀ, ਉਧਰ ਦੇਖ ਕੇ ਔਰ 52536। ਕਿੰਨੇ ਜਾਨਵਰ ਲੈ ਕੇ ਆਏ ਅੱਜ ਮਿਲੇ? ਮੈਂ ਮੇਲੇ ਕੇ ਅੰਦਰ 5 ਜਾਨਵਰ ਲੈ ਕੇ ਆਇਆ ਹਾਂ। 2 ਮੇਰੀ ਦੁੱਧ ਵਾਲੀ ਚੱਲ ਰਹੀ ਹੈ, ਠੀਕ ਹੈ ਜੀ। ਉਹ 6ਵੇਂ ਔਰ 7ਵੇਂ ਨੰਬਰ ਪਰ ਉਹ ਵੀ ਚੱਲ ਰਹੀ ਹੈ, ਠੀਕ ਹੈ ਜੀ। ਔਰ ਇੱਕ ਇਸੇ ਵੱਡੀ ਜੋ ਮੇਰੇ ਘਰ ਵਾ, ਜੋ ਡਾਬੀ ਕਲਾ ਮੈਂ ਫਸਟ ਆਈ ਸੀ, ਹਾਂਜੀ, ਔਰ ਉਹ ਵੀ 7ਵੇਂ ਆਈ ਹੋਈ ਹੈ। ਬੜੀ ਬੈਸੋ ਮੈਂ ਡਾਲਨੀ, ਉਹ ਬੜੀ 4 ਦਾਤ ਹੈ ਓਨਲੀ, 4 ਦਾਤ ਚ ਡਾਲ। ਬੜੀ ਬੈਸੋ ਉਹ ਵੀ ਮੇਰੇ ਟੈਂਟ ਮੇ ਹੈ। ਆਪਣਾ ਜ਼ਿਲ੍ਹਾ ਕਿਹੜਾ ਰਹਿ ਜਾਂਦਾ? ਕਿੱਥੇ ਪੈਂਦਾ? ਹਿਸਾਰ। ਅੱਛਾ, ਹਿਸਾਰ। ਹਿਸਾਰ ਇਲਾਕਾ ਦਾ ਨਾ ਸੱਜਣੋ, ਜੇ ਮੈਂ ਗੱਲ ਕਰਾਂ ਕੁਆਲਿਟੀ ਵਾਸਤੇ ਮੰਨਿਆ ਗਿਆ ਆਪਣੇ ਇੰਡੀਆ 'ਚ, ਜੇ ਮੈਂ ਹਿਸਾਰ ਏਰੀਆ ਦੀ ਗੱਲ ਕਰਾਂ, ਕਿਉਂਕਿ ਗੱਲਬਾਤ ਹੈ ਏਰੀਆ ਦਾ, ਜਾਨਵਰ ਵੀ ਐਂ ਨਿਕਲਦਾ ਹਨਾ, ਜਿਹੜਾ ਆਪਾਂ ਸਿਰਾ ਕਹਿ ਦਈਏ, ਸਿਰਾ ਮੂਹਰਲੇ ਜਾਨਵਰ ਨਿਕਲਦੇ ਨੇ। ਤੇ ਬਾਕੀ ਨਾ ਬਾਈ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ। ਲੈ ਸੱਜਣੋ, ਮੋਹਰਾ ਨਸਲ 'ਚ ਖੀਰੀਆਂ 'ਚ ਜੇ ਆਪਾਂ ਗੱਲ ਕਰ ਲਈ ਨਾ, ਮੈਚ ਪੂਰਾ ਫਸਿਆ ਹੋਇਆ ਸੀਗਾ। 77 ਦੇ ਕਰੀਬ ਕਹਿੰਦੇ ਝੋਟੀਆਂ ਪਹੁੰਚੀਆਂ ਦੀ, ਜਿਨ੍ਹਾਂ 'ਚੋਂ ਆ ਝੋਟੀ ਨੇ ਨਾ ਸੱਜਣੋ ਦੂਜਾ ਨੰਬਰ ਚੱਕਿਆ, ਹਰਿਆਣੇ ਦੀ ਕੱਟੀ ਆ। ਤੇ ਆਪਣੇ ਨਾ ਆਪਣਾ ਸੱਜਣ ਇਹ ਆਪਣਾ ਬੇਲੀ ਆ, ਆਪਣਾ ਮਿੱਤਰ ਵੀ ਆ। ਤੇ ਹੋਰ ਕਿਵੇਂ ਆ ਫਿਰ? ਬੜੀਆ ਜੀ, ਬੜੀਆ। ਨਾਮ ਬਤਾ ਦੇ। ਐਡਰੈਸ? ਮੋਹਿਤ ਘੜੋਦਾ ਹੈ, ਗਾਉਂ ਘੜੋਦਾ, ਜ਼ਿਲ੍ਹਾ ਜੱਜਰ, ਹਰਿਆਣਾ ਸੇ। ਅੱਛਾ, ਆ ਕੱਟੀ ਕਿਹੜੇ ਪਿੰਡ ਦੀ ਆ? ਇਹ ਆਪਣੇ ਦੋਸਤ ਕੀ ਅਮਨਦੀਪ ਕੀ। ਅੱਛਾ, ਜਿੰਦ ਜ਼ਿਲ੍ਹਾ ਗਾਉਂ ਅਲੇਵਾ ਸੇ।
ਜੀਂਦ ਜ਼ਿਲ੍ਹਾ ਗਾਓ ਲੇਵਾ। ਇਹਦੀ ਉਮਰ ਕਿੰਨੀ ਆ? ਸਹੀ ਉਮਰ ਜਮਾਈ 14 ਦਸੰਬਰ ਨੂੰ 2 ਸਾਲ ਕੀ ਹੋ ਜਾਏਗੀ। ਅੱਛਾ 2 ਸਾਲ ਦੀ ਵੀ ਹਜੇ ਹੋਈ ਨਹੀਂ? ਹੋਈ ਨਹੀਂ ਹੈ ਬਾਈ। ਪਤੰਦਰ ਉਹ ਹਜੇ ਪੌਣੇ ਕੀ ਹੋ ਜਿਹੜਾ 2 ਸਾਲ ਦੀ ਵੀ ਨਹੀਂ ਹੋਈ ਯਾਰ, ਕੱਦ ਕਾਠ ਲੈ ਇੱਧਰ ਤੋਂ ਦਿਖਾ ਦੀ ਸਿਮਰ ਸਮਾਰ ਕੇ 2 ਸਾਲ ਦੀ ਬਾਈ ਕਹਿੰਦਾ ਨਾ ਹਜੇ ਇਹ ਹੋਈ ਨਹੀਂ। ਜਿਹਦੇ ਪਿੱਠ ਪੁੜੇ ਦੀ ਮੈਂ ਗੱਲ ਕਰਾਂ ਨਾ ਸੱਜਣੋ, ਇਹਦੀ ਉਚਾਈ ਦੀ ਗੱਲ ਕਰਾਂ, ਲੰਬਾਈ ਦੀ ਗੱਲ ਕਰਾਂ, ਇਹਦੀ ਗੱਲਬਾਤ ਆ ਝੋਟੀ ਦੀ ਚੰਗੇ ਜਾਨਵਰਾਂ ਚ, ਟੌਪ ਦੇ ਜਾਨਵਰਾਂ ਚ ਨਾ ਇਹ ਏਰੀਏ ਦੀ ਗੱਲ ਕਰਾਂ ਮੈਂ। ਏਰੀਆ ਆਉਂਦਾ ਤੁਹਾਡਾ ਏਰੀਆ ਚੰਗੇ ਜਾਨਵਰਾਂ ਚ ਹਨਾ? ਆ ਜਾ ਉਰਾਂ ਨੂੰ ਆ ਜਾ ਬਾਈ, ਉਰਾਂ ਨੂੰ ਇੱਧਰ ਨੂੰ। ਕਿਹੜਾ ਸੈਕਿੰਡ ਪ੍ਰਾਈਜ਼ ਜਿੱਤਿਆ? ਕਿੰਨੇ ਜਾਨਵਰ ਲੈ ਕੇ ਆਏ ਹੋ ਭਾਈ ਸਾਹਿਬ? ਇੱਕ ਕੱਟਾ ਲਿਆਏ ਥੇ। ਅੱਛਾ, ਉਹ ਪਹਿਲੇ ਫਸਟ ਵੀ ਆਇਆ ਥਾ ਆਪਣਾ 31 ਖੇੜੀ 20 ਤਾਰੀਖ ਨੇ। ਅੱਛਾ, ਪਰ ਉਹ ਉਸकी ਉਮਰ ਥੋੜੀ ਦਿਓ, 1 ਸਾਲ 1 7 ਦਿਨ ਦਾ ਥਾ। ਅੱਛਾ, ਫਿਰ ਉਹ ਨਿਕਾਲ ਲਿਆ ਵਜ਼ਨ ਕੀ। ਅੱਛਾ, ਬਾਹਰ ਉਮਰ ਛੋਟੀ ਕਰਕੇ ਨਾ ਸੱਜਣੋ ਬਾਈ ਹੁਰੀ ਕੱਟਾ ਵੀ ਲੈ ਕੇ ਆਏ ਤੇ ਉਹ ਵੀ ਮੇਲਾ ਜੇਤੂ ਜਾਨਵਰ ਦੀ। ਇੱਕੇ ਬਿੱਟੇ ਉਸਕੇ ਹੈ, ਇੱਕ ਬਾਪ ਕੇ ਹੈ। ਅੱਛਾ, ਇਹ ਨਾ ਫਾਦਰ ਕਿਹੜਾ ਕੱਟੀ? ਇਸਕਾ ਸੂਰਜ ਬੋਲ ਹੈ ਭਈ, ਆਪਣੇ ਪਾਸ ਹੈ। ਅੱਛਾ, ਆਪਣੇ ਪਾਸ ਹੈ ਸੂਰਜ। ਮਾਦਰ ਦਾ ਇਹਦਾ ਕੀ ਰਿਕਾਰਡ ਆ ਭਾਈ? ਖੀਰੀ ਦਾ 15 ਕਿਲੋ ਦਾ, ਫਿਰ 22 ਕਿਲੋ ਏਡ ਗੇਡ ਮੇ ਪਹੁੰਚ ਗਈ ਥੀ, ਵਾਕ ਗਈ ਥੀ ਬਲਾ। ਇਹ ਕੱਟੀ ਜੇ ਆਪਾਂ ਗੱਲ ਕਰ ਲਈ, ਆਪਾਂ ਕਿੰਨਵੇਂ ਮੇਲੇ ਤੇ ਭਈਆ, ਕਿੰਨੇ ਮੇਲੇ ਜਿੱਤ ਚੁੱਕੀ ਹੈ ਦੂ ਬਲਾ, ਲੜੀਆ ਕੰਪੀਟੀਸ਼ਨ? ਪਹਿਲਾ ਮੇਲਾ ਇਸਕਾ। ਅੱਛਾ, ਪਹਿਲੇ ਦੀ ਦੂਜਾ ਨੰਬਰ ਚਾ, ਅਰ ਮੇਰਾ ਸੈਕਿੰਡ ਪਸ਼ੂ ਹੈ ਉਹ। ਅੱਛਾ, ਸੈਕਿੰਡ ਪੋਜੀਸ਼ਨ ਆ, ਖੁਸ਼ੀ ਦਾ ਮਨ ਨੂੰ ਫਿਰ ਬਹੁਤ, ਮੇਰੇ ਬੁਲਕਾ ਨੇ ਬਹੁਤ ਬੜੀਆ ਪ੍ਰਦਰਸ਼ਨ ਕਰਿਆ ਭਾਈ ਸਾਹਿਬ। ਪ੍ਰੈਗਨੈਂਟ ਕਰਵਾਈ ਦੀ 15 ਦਿਨ ਕੀ ਹੈਗੀ ਡਾਲਰ ਕਰੋਦਾ ਸੇ। ਅੱਛਾ, ਆ ਬਾਈ ਕੋਲੇ ਬੋਲਾ ਲਾ, ਬਾਈ ਨਾਲ ਵੀ ਗੱਲ ਮਾਰ ਸਕਦੇ ਆ। ਪ੍ਰੈਗਨੈਂਟ ਉਸੇ ਡਾਲਰ ਦੇ ਕਰਵਾ ਰੱਖਿਆ। ਡਾਲਰ ਦਾ ਫਿਰ ਕੀ ਰਿਕਾਰਡ ਹੈ ਜੇ ਗੱਲ ਕਰਨੀ? ਡਾਲਰ ਕਾ ਜੀ 4 ਰੁਪਏ ਹੈ। ਬੜੀਆ ਆਈਪਲ ਨਿਆ ਕੁਝ ਦਿਖਾ ਦੇ, 4 ਕਿਲੋ, ਹਾਂ 30 ਕਿਲੋ, 227 30 ਕਿਲੋ 227 ਬੋਲਾ ਸੱਜਣੋ, 30 ਕਿਲੋ ਵਾਲੇ ਬੋਲ ਵਾਲੇ ਸੱਜਣ ਵੀ ਆਏ ਨੇ, HLDB ਵਾਲੇ ਵੀ ਦੇਖ ਕੇ ਕਹਿੰਦੇ। ਬਾਕੀ ਨਾ ਟਾਈਮ ਕੱਢ ਕੇ ਬਾਈ ਕੋਲ ਸਪੈਸ਼ਲ ਜਾਊਂਗਾ, ਗੱਲਬਾਤ ਕਰਾਉਂਗਾ। ਇਹ ਆਈ ਆ ਦੁੱਧ ਦੰਦ ਚ ਦੂਜੇ ਨੰਬਰ ਤੇ ਕੱਟੀ, ਤੇ ਅੱਗੇ ਲੈ ਕੇ ਚੱਲਦਾ ਜਿਹੜੀ ਤੀਜੇ ਨੰਬਰ ਤੇ ਆਈ ਆ ਉਹਦੇ ਨਾਲ ਵੀ ਗੱਲਬਾਤ ਕਰਾਉਂਗਾ।